ਹੋਈਆਂ ਮੁਰਾਦਾਂ ਜੀ ਪੂਰੀਆਂ, ਅੱਜ ਹੋਈਆਂ ਮੁਰਾਦਾਂ ਜੀ ਪੂਰੀਆਂ, ਅੱਜ ਹੋਈਆਂ ਮੁਰਾਦਾਂ ਜੀ ਪੂਰੀਆਂ, ਅੱਜ ਹੋਈਆਂ ਵਧਾਈਆਂ ਬਾਪੂ ਸੋਨੂੰ ਵਧਾਈਆਂ ਜੀ, ਵਧਾਈਆਂ ਬਾਪੂ ਸੋਨੂੰ ਵਧਾਈਆਂ ਜੀ, ਵਧਾਈਆਂ ਬਾਪੂ ਸੋਨੂੰ ਵਧਾਈਆਂ ਜੀ, ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਸਾਰੇ ਧੰਨਵਾਦ ਬਾਪੂ ਦਾ ਬੇੜਾ ਅੱਜ ਖੁਸ਼ੀਆਂ ਚ ਸਾ ਗਿਆ, ਬਾਪੂ ਦਾ ਬੇੜਾ ਅੱਜ ਖੁਸ਼ੀਆਂ ਚ ਸਾ ਗਿਆ, ਬਾਪੂ ਦਾ ਬੇੜਾ ਅੱਜ ਖੁਸ਼ੀਆਂ ਚ ਸਾ ਗਿਆ, ਚੜ੍ਹਿਆ ਬਾਪੂ ਦੇ ਬੇੜੇ ਵੀਰ ਘਰ ਪੁੱਤ ਜੰਮਿਆ, ਚੰਨ ਚੜ੍ਹਿਆ ਬਾਪ ਦੇ ਬੇੜੇ ਵੀਰ ਘਰ ਪੁੱਤ ਜੰਮਿਆ, ਤੂੰ ਆ ਗਿਆ ਬਾਪੂ ਦੇ ਬੇੜੇ ਮੁੜ ਕੇ ਪੁੰਨਿਆ ਦਾ ਚੰਨ ਬਣ ਕੇ, ਸਿੱਧੂ ਆ ਗਿਆ ਬਾਪੂ ਦੇ ਬੇੜੇ ਮੁੜ ਕੇ ਪੁੰਨਿਆ ਦਾ ਚੰਨ ਬਣ ਕੇ, ਸਿੱਧੂ ਆ ਗਿਆ ਬਾਪੂ ਦੇ ਬੇੜੇ ਮੁੜ ਕੇ ਪੁੰਨਿਆ ਦਾ ਚੰਨ ਬਣ ਕੇ, ਕਾਲਾਈਆਂ ਨੀ ਕਰ ਬਾਪੂ ਦੇ ਰਬੜੇ ਰੌਣ, 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 ਦਿਲ ਬੜ ਬਾਗੀ ਆਇਆ ਜੀ ਕਰ ਬਾਪੂ ਦੇ, ਦਿਲ ਬੜ ਬਾਗੀ ਆਇਆ ਜੀ ਕਰ ਬਾਪੂ ਦੇ, ਬਜੇ ਢੋਲਕੀ ਸਹਿਣੇ ਜੀ ਕਰ ਬਾਪੂ ਦੇ, ਬਜੇ ਢੋਲਕੀ ਸਹਿਣੇ ਜੀ ਕਰ ਬਾਪੂ ਦੇ, ਬਜੇ ਢੋਲਕੀ ਸਹਿਣੇ ਜੀ ਕਰ ਬਾਪੂ ਦੇ, ਵੰਡ ਦੇ ਹਵੇਲੀ ਵਿੱਚੋਂ ਆਏ ਸਿੱਧੂ ਸਾਡਾ ਮੋੜੇ ਆ ਗਿਆ, ਲੱਡੂ ਵੰਡ ਦੇ ਹਵੇਲੀ ਵਿੱਚੋਂ ਆਏ ਸਿੱਧੂ ਸਾਡਾ ਮੋੜੇ ਸਾਡਾ ਫੇਰ ਆ ਗਿਆ, ਓਏ ਹੋਰਾਂ ਨੇ ਖਾਧੀਆਂ ਰੁੱਕੀਆਂ ਤੇ ਮਿੱਸੀਆਂ, ਹੋਰਾਂ ਨੇ ਖਾਧੀਆਂ ਬਹੁਤ ਚੰਗਾ ਲੱਗਿਆ ਜੀ, ਬਹੁਤ ਜ਼ਿਆਦਾ ਸਾਡੇ ਕੋਲ ਤਾਂ ਜਦੋਂ ਦੀ ਕੱਲ੍ਹ ਦੀ ਖਬਰ ਆਈ ਆ ਸਾਡਾ ਤਾਂ ਧਰਤੀ 'ਤੇ ਪੈਰ ਨਹੀਂ ਲੱਗ ਰਿਹਾ, ਅਸੀਂ ਕੱਲ੍ਹ ਦੀ ਭੰਗੜੇ ਪਾਈ ਜਾਂਦੇ ਹਾਂ, ਮਿਠਾਈਆਂ ਵੰਡ ਰਹੇ ਹਾਂ। ਸੋ ਪਹਿਲਾਂ ਹਵੇਲੀ ਦੇ ਵਿੱਚ ਬਹੁਤ ਸਾਰੇ ਜਸ਼ਨ ਮਨਾਏ ਅਸੀਂ, ਹੈ ਨਾ, ਅੱਜ ਬਾਪੂ ਜੀ ਨੂੰ ਮਿਲਣ ਆਏ ਹਾਂ ਅਤੇ ਬਾਪੂ ਜੀ ਨੂੰ ਵੀ ਮਿਲ ਕੇ ਬਹੁਤ ਸਾਰੀਆਂ ਮੁਬਾਰਕਾਂ ਦਿੱਤੀਆਂ। ਤੋ ਸਾਡੇ ਲਈ ਮੈਨੂੰ ਲੱਗਦਾ ਸਭ ਤੋਂ ਜ਼ਿੰਦਗੀ ਦਾ ਵੱਡਾ ਅਤੇ ਬਹੁਤ ਹੀ ਖੁਸ਼ੀ ਦਾ ਪਲਾ ਸਾਡੇ ਲਈ ਇਹ, ਕਿਉਂਕਿ ਉਸ ਪਰਿਵਾਰ ਦੇ ਵਿੱਚ ਜੋ ਪਿਛਲੇ ਲੰਮੇ ਸਮੇਂ ਤੋਂ ਘਰ ਦੇ ਵਿੱਚ ਸਨਾਟਾ ਛਾਇਆ ਹੋਇਆ ਸੀ, ਦੁਬਾਰਾ ਖੁਸ਼ੀਆਂ ਆਈਆਂ ਨੇ। ਤਾਂ ਤੁਹਾਡੇ ਮਾਧਿਅਮ ਰਾਹੀਂ ਅਸੀਂ ਸਾਰੇ ਕਰੋੜਾਂ ਲੋਕਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੀਆਂ ਅਰਦਾਸਾਂ ਕਬੂਲ ਹੋਈਆਂ ਨੇ। ਇਕੱਲਾ ਪੰਜਾਬ ਨਹੀਂ, ਚੜ੍ਹਦਾ ਪੰਜਾਬ, ਵਿਦੇਸ਼ਾਂ ਦੇ ਵਿੱਚ ਜਿੱਥੇ ਵੀ ਪੰਜਾਬੀ ਬੈਠੇ ਨੇ, ਮੈਨੂੰ ਲੱਗਦਾ ਪੰਜਾਬੀ ਵੀ ਗੈਰ ਪੰਜਾਬੀ ਵੀ ਜਿੰਨੇ ਵੀ ਨੇ ਵਿਦੇਸ਼ੀ ਲੋਕ, ਹੈ ਨਾ, ਸਾਰਿਆਂ ਦਾ ਧੰਨਵਾਦ ਵੀ ਕਰਦੇ ਹਾਂ ਜਿਨ੍ਹਾਂ ਨੇ ਦਿਲੋਂ ਦੁਆਵਾਂ ਦਿੱਤੀਆਂ, ਅਰਦਾਸਾਂ ਕੀਤੀਆਂ ਅਤੇ ਅੱਜ ਉਹ ਅਰਦਾਸਾਂ ਪਰਮਾਤਮਾ ਨੇ ਸੁਣੀਆਂ ਨੇ। ਸੋ ਸਿੱਧੂ ਫੈਮਿਲੀ ਨੂੰ ਅਸੀਂ ਦਿਲ ਦੀਆਂ ਗਹਿਰਾਈਆਂ ਵਿੱਚੋਂ ਮੁਬਾਰਕਬਾਦ ਦਿੰਦੇ ਹਾਂ ਅਤੇ ਸਾਰੇ ਲੋਕਾਂ ਨੂੰ ਵੀ ਮੁਬਾਰਕਾਂ ਦਿੰਦੇ ਹਾਂ ਅਤੇ ਲੋਕਾਂ ਨੂੰ ਅਪੀਲ ਵੀ ਕਰਦੇ ਹਾਂ। ਕਿਸ ਤਰ੍ਹਾਂ ਖੁਸ਼ੀ 'ਚ? ਹਾਂ, ਉਦੋਂ ਪਿਛਲੀ ਵਾਰ ਨਾ ਜਦੋਂ ਮਾਤਾ ਨੂੰ ਅਸੀਂ ਸਿੱਧੂ ਜੀ ਦਾ ਜਨਮ ਦਿਨ ਮਨਾਇਆ ਸੀ, ਉਦੋਂ ਅਸੀਂ ਘੋੜੀ ਗਾਈ ਸੀ, ਮੈਂ ਬਰਾਗਮਈ ਸੀ ਕਿਉਂਕਿ ਉਦੋਂ ਸਦਮਾ ਲੱਗਿਆ ਹੋਇਆ ਸੀ ਨਾ, ਦਿਲ ਦੇ ਅੰਦਰ ਦੁੱਖ ਬੜਾ ਸੀ। ਪਰ ਅਸੀਂ ਪਹਿਲੀ ਮਾਤਾ ਜੀ ਨੂੰ ਪੋਜ਼ਿਟਿਵ ਕਰਨ ਦੇ ਲਈ ਲੱਗੇ ਹੋਏ ਸੀ, ਜਦੋਂ ਜਹਿਦ ਲੱਗੀ ਹੋਈ ਸੀ ਵੀ ਕਿਸੇ ਨਾ ਕਿਸੇ ਢੰਗ ਦੇ ਨਾਲ ਇਹਨਾਂ ਦੀ ਝੋਲੀ ਖੁਸ਼ੀਆਂ ਵਾਪਸ ਹੋਣ, ਫਿਰ ਮੈਂ ਉਹੀ ਘੋੜੀ ਆ ਜਿਹੜੀ ਮੈਂ ਰਿਪੀਟ ਕਰਾਂਗਾ ਅੱਜ ਖੁਸ਼ੀ ਦੇ ਮਾਹੌਲ ਦੇ ਵਿੱਚ ਕਰਾਂਗਾ। ਉਦੋਂ ਥੋੜ੍ਹੀ ਜਿਹੀ ਗਮਗੀਨ ਕਰੀ ਸੀ ਅਤੇ ਹੁਣ ਮੈਂ ਘੋੜੀ ਦੇ ਕੁਝ ਬੋਲ ਨੇਗੇ ਉਹ ਮੈਂ ਤੁਹਾਡੇ ਨਾਲ ਸਾਂਝੇ ਕਰਨ ਲੱਗਿਆ। ਅਮੜੀ ਤਾਂ ਮੇਰੀ ਵੇ ਰਾਜਾ, ਦੁਨੀਆ ਤੋਂ ਨਿਆਰੀ ਵੇ, ਅਮੜੀ ਤਾਂ ਮੇਰੀ ਵੇ ਰਾਜਾ, ਦੁਨੀਆ ਤੋਂ ਨਿਆਰੀ ਵੇ,
ਗਾਗਰ ਦੇ ਸੁਚੜੇ ਜੇ ਮੋਤੀ ਮਾਂ ਨੂੰ ਦੇਈਏ, ਗਾਗਰ ਦੇ ਸੁਚੜੇ ਜੇ ਮੋਤੀ ਮਾਂ ਨੂੰ ਦੇਈਏ, ਮਾਂ ਨੂੰ ਦੇਈਏ ਜੀ ਸਾਡੀ ਅਮੜੀ ਨੂੰ ਦੇਈਏ, ਪੁੱਤਰਾਂ ਦਾ ਜੰਮਣਾ ਵੇ ਰਾਜਾ ਨੂੰਹਾਂ ਦਾ ਆਉਣਾ ਵੇ, ਪੁੱਤਰਾਂ ਦਾ ਜੰਮਣਾ ਵੇ ਰਾਜਾ ਨੂੰਹਾਂ ਦਾ ਆਉਣਾ ਵੇ, ਅੰਬਰ ਦੀ ਵਰਖਾ ਵੇ ਰਾਜਾ ਨਿਤ ਨਿਤ ਨਾ ਹੋਵੇ ਵੇ, ਨਿੱਕੀ ਨਿੱਕੀ ਬੂੰਦੀ ਨਿਕਿਆ ਮੀਂਹ ਵੇ ਵਰੇ, ਮਾਂ ਵੇ ਸੁਹਾਗਣ ਤੇਰੇ ਸ਼ਗਨ ਕਰੇ, ਮਾਂ ਵੇ ਸੁਹਾਗਣ ਤੇਰੇ ਸ਼ਗਨ ਕਰੇ। ਸੋ ਇਹ ਸ਼ਗਨਾਂ ਦੀਆਂ ਘੋੜੀਆਂ ਮਾਤਾ ਚਰਨ ਕੌਰ ਜੀ ਦੇ ਲਈ ਅਸੀਂ ਪਹਿਲਾਂ ਵੀ ਬੋਲੀਆਂ ਸੀ, ਅੱਜ ਤਾਂ ਅਰਦਾਸਾਂ ਪ੍ਰਵਾਨ ਹੋਈਆਂ ਨੇ, ਸੋ ਵਾਹਿਗੁਰੂ ਕਰੇ ਅਸੀਂ ਫਿਰ ਉਹ ਉਸੇ ਤਰ੍ਹਾਂ ਖੁਸ਼ੀਆਂ ਮਨਾਉਂਦੇ ਰਹਾਂਗੇ। ਅਤੇ ਪਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਹਾਂ, ਕਦੇ ਵੀ ਇਸ ਪਰਿਵਾਰ ਦੇ ਨੇੜੇ ਤੇੜੇ ਵੀ ਕਿਤੇ ਉਦਾਸੀ ਦਾ ਪਰਛਾਵਾਂ ਨਾ ਪਾਵੇ, ਕਿਉਂਕਿ ਇਸ ਪਰਿਵਾਰ ਨੂੰ ਦੇਖ ਕੇ ਪਤਾ ਨਹੀਂ ਹੀ ਕਿੰਨੀਆਂ ਹੀ ਜ਼ਿੰਦਗੀਆਂ ਜਿਉਂਦੀਆਂ ਨੇ, ਹੈ ਨਾ, ਕਿੰਨੇ ਹੀ ਲੋਕ ਉਦਾਸੀ 'ਚੋਂ ਬਾਹਰ ਆਉਂਦੇ ਨੇ। ਸੋ ਅੱਜ ਕਰੋੜਾਂ ਲੋਕਾਂ ਦੇ ਘਰਾਂ ਦੇ ਵਿੱਚ ਖੁਸ਼ੀ ਆਈ ਹੈ, ਇਕੱਲਾ ਸਿੱਧੂ ਫੈਮਿਲੀ ਦੇ ਘਰ ਦੇ ਵਿੱਚ ਖੁਸ਼ੀ ਨਹੀਂ ਆਈ, ਮੈਨੂੰ ਲੱਗਦਾ ਪੂਰੀ ਮਾਨਵਤਾ ਦੇ ਘਰ ਦੇ ਵਿੱਚ ਖੁਸ਼ੀ ਆਈ ਹੈ। ਸੋ ਬਹੁਤ ਬਹੁਤ ਧੰਨਵਾਦ, ਸ਼ੁਕਰਾਨਾ ਕਰਦੇ ਅਕਾਲ ਪੁਰਖ ਵਾਹਿਗੁਰੂ ਜੀ ਦਾ, ਅਤੇ ਸਾਰੇ ਲੋਕਾਂ ਨੂੰ ਬਹੁਤ ਬਹੁਤ ਮੁਬਾਰਕਾਂ ਦੇ ਰਹੀਆਂ ਜੀ ਅਸੀਂ।